ਨਾਮ ਜੀ ਵਾਹਿਗੁਰੂ 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 ਜੀ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਤੇਰੋ ਨਾਮ ਜੀ ਨਿਤ ਨਿਤ ਜਪਿਆ ਦਾਤਾ ਤੇਰੋ ਨਾਮ ਜੀ ਨਿਤ ਨਿਤ ਜਪਿਆ ਤੇਰੋ ਨਾਮ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਜੀ ਮਿੱਟੀ ਧੁੰਦ ਜਗ ਚਾਨਣ ਹੋਆ ਮਿੱਟੀ ਧੁੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਪ੍ਰਗਟ ਮਿੱਟੀ ਧੁੰਦ ਜਗ ਚਾਨਣ ਹੋਆ ਸਤਿਗੁਰੂ ਨਾਨਕ ਪ੍ਰਗਟ ਮਿੱਟੀ ਧੁੰਦ ਜਗ ਚਾਨਣ ਹੋਆ 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 ਕਰ ਸੂਰਜ ਨਿਕਲ ਕਰ ਛੱਪੇ ਅੰਧੇਰ ਪਲੋਆ ਜੂੰ ਕਰ ਸੂਰਜ ਨਿਕਲ ਕਰ ਛੱਪੇ ਅੰਧੇਰ ਪਲੋ ਕਰ ਛੱਪੇ ਅੰਧੇਰ ਪਲੋਆ ਮਿੱਟੀ ਧੁੰਦ ਜਗ ਚਾਨਣ ਹੋਆ ਸਿੰਘ ਬੁਕੇ ਮਿਰਗਾਵ ਪੰਨੀ ਜਾਏ ਨਾ ਤੀਰ ਤੁਰੋਆ ਪੰਨੀ ਜਾਏ ਨਾ ਤੀਰ
ਨਾ ਤੀਰ ਤੁਰੋ ਸਿੰਘ ਬੁਕੇ ਮਿਰਗਾ ਪਨੀ ਜਾਏ ਨਾ ਤੀਰ ਤੁਰੋਆ ਜਿੱਥੇ ਬਾਬਾ ਪੈਰ ਪੂਜਾ ਆਸਨ ਥਾਪਨ ਸੋਆ ਜਿੱਥੇ ਬਾਬਾ ਪੈਰ ਆਸਨ ਥਾਪਨ ਸੋਆ ਪੂਜਾ ਆਸਨ ਥਾਪਨ ਸੋਆ ਮਿੱਟੀ ਧੁੰਦ ਜਗ ਚਾਨਣ ਹੋਆ 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 ਸਿੱਧ ਆਸਨ ਸਭ ਜਗਤ ਨਾਨਕ ਆਦਮ ਤੇ ਜੇ ਕੋਆ ਸਿੱਧ ਆਸਨ ਸਭ ਜਗਤ ਨਾਨਕ ਆਦਮ ਤੇ ਜੇ ਕੋਆ ਨਾਨਕ ਆਦਮ ਤੇ ਜੇ ਕੋਆ ਜਗ ਚਾਨਣ ਹੋਆ ਮਿੱਟੀ ਧੁੰਦ ਜਗ ਚਾਨਣ ਹੋਆ ਮਿੱਟੀ ਧੁੰਦ ਜਗ ਚਾਨਣ ਹੋਆ ਮਿੱਟੀ ਧੁੰਦ ਜਗ ਚਾਨਣ ਹੋਆ ਕਰ ਕਰ ਅੰਦਰ ਧਰਮ ਸਾ ਹੋਵੇ ਕੀਰਤਨ ਸਦਾ ਵਿਸੋਆ ਕਰ ਕਰ ਅੰਦਰ ਧਰਮ ਹੋਵੇ ਕੀਰਤਨ ਸਦਾ ਵਿਸੋਆ ਹੋਵੇ ਕੀਰਤਨ ਸਦਾ ਵਿਸੋਆ ਮਿੱਟੀ ਧੁੰਦ ਜਗ ਚਾਨ ਮਿੱਟੀ ਧੁੰਦ ਜਗ ਚਾਨਣ ਮਿੱਟੀ ਧੁੰਦ ਜਗ ਚਾਨਣ ਹੋਆ ਮਿੱਟੀ ਧੁੰਦ ਜਗ ਚਾਨਣ ਹੋਆ ਬਾਬੇ ਤਾਰੇ ਚਾਰ ਨੌਖੰਡ ਪ੍ਰਿਥਮੀ ਸੰਦਾ ਟੋਆ ਬਾਬੇ ਤਾਰੇ ਚਾ ਨੌਖੰਡ ਪ੍ਰਿਥਮੀ ਸੱਚਾ ਟੋਆ ਗੁਰਮੁਖ ਕਲ ਵਿੱਚ ਪ੍ਰਗਟ ਗੁਰਮੁਖ ਕਲ ਵਿੱਚ ਪ੍ਰਗਟ ਗੁਰਮੁਖ ਕਲ ਵਿੱਚ ਪ੍ਰਗਟ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਜਗ ਚਾਨ ਹੋਆ ਮਿੱਟੀ ਧੁੰਦ ਜਗ ਚਾਨਣ ਹੋਆ ਮਿੱਟੀ ਧੁੰਦ ਜਗ ਚਾਨਣ ਹੋਆ ਮਿੱਟੀ ਧੁੰਦ ਜਗ ਚਾਨਣ ਹੋਆ ਸਤਿਗੁਰੁ ਨਾਨਕ ਪ੍ਰਗਟ ਮਿੱਟੀ ਧੁੰਦ ਜਗ ਚਾਨਣ ਹੋਆ ਸਤਿਗੁਰੁ ਨਾਨਕ ਪ੍ਰਗਟ ਮਿੱਟੀ ਧੁੰਦ ਜਗ ਚਾਨਣ ਹੋਆ ਜਗ ਚਾਨਣ ਹੋਆ ਮਿੱਟੀ ਧੁੰਦ ਜਗ ਚਾਨਣ ਹੋਆ ਮਿੱਟੀ ਧੁੰਦ ਜਗ ਚਾਨਣ ਹੋਆ ਮਿੱਟੀ ਧੁੰਦ ਜਗ ਚਾਨਣ ਮਿੱਟੀ ਧੁੰਦ ਜਗ ਚਾਨਣ ਮਿੱਟੀ ਧੁੰਦ ਜਗ ਚਾਨਣ ਸਿੰਘ ਨਾਸਰੋ
ਧਨ ਸੂਰ ਗੁਰ ਗੋਬਿੰਦ ਸਿੰਘ ਏਸ ਜੀ ਮਨਸੂਰ ਗੁਰ ਗੋਬਿੰਦ ਸਿੰਘ ਏਸ ਜੀ ਮਨਸੂਰ ਗੁਰ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਹੱਕ ਗੰਜੂਰ ਗੁਰ ਗੋਬਿੰਦ ਸਿੰਘ ਹੱਕ ਗੰਜੂਰ ਗੁਰ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਜੁਮਲਾ ਫੈਜ ਨੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ ਨੂਰ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਸ ਦੀ ਮਨਸੂਰ ਗੁਰੂ ਗੋਬਿੰਦ ਸਿੰਘ ਏਸ ਦੀ ਮਨਸੂਰ ਗੁਰੂ ਗੋਬਿੰਦ ਸਿੰਘ ਆਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਸਤਿ ਸੰਗਤ।
ਅਸੀਂ ਸਾਰੇ ਜੁੜ ਮਿਲ ਕੇ 551 ਸਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਨ੍ਹਾਂ ਨੇ ਆ ਕੇ ਇਸ ਸੰਸਾਰ ਨੂੰ ਧਰਮ ਦਾ ਰਸਤਾ ਜਗ ਨੂੰ ਚਾਨਣ ਦਿੱਤਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਤੋ ਅਸੀਂ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜ ਮਿਲ ਕੇ ਬੈਠੇ ਹਾਂ ਤੋ ਸਾਧ ਸੰਗਤ ਇਹ ਜਿਹੜਾ ਸ਼ਬਦ ਅਸੀਂ ਗਾਇਨ ਕਰਦੇ ਸਾਂ ਭਾਈ ਨੰਦ ਲਾਲ ਜੀ ਜਿਨ੍ਹਾਂ ਦੇ ਰੋਮ ਰੋਮ ਵਿੱਚ ਦਸਮ ਪਾਤਸ਼ਾਹ ਜੀ ਦਾ ਨਾਮ ਵਸਿਆ ਹੋਇਆ ਹੈ ਤੋ ਸਾਧ ਸੰਗਤ ਜਿਸ ਤਰ੍ਹਾਂ ਸਤਿਗੁਰੂ ਚੋਜ ਕਰਦੇ ਹਨ ਉਸ ਤਰ੍ਹਾਂ ਹੀ ਉਹਨਾਂ ਦੇ ਜਿਹੜੇ ਪਹੁੰਚੇ ਹੋਏ ਉਹਨਾਂ ਨਾਲ ਇੱਕਮਿੱਕ ਹੋਏ ਹੋਏ ਉਹਨਾਂ ਦੇ ਵੀ ਇੱਕ ਸੰਸਾਰ ਵਾਸਤੇ ਚੋਜ ਹਨ ਅੰਮ੍ਰਿਤ ਵੇਲੇ ਇੱਕ ਵਲੇ ਦੀ ਇਹ ਕਥਾ ਆਉਂਦੀ ਹੈ 2 ਮਿੰਟ ਦੀ ਕਹਿ ਕੇ ਫਿਰ ਮੈਂ ਸਮਾਪਤੀ ਕਰਾਂਗਾ ਤੋ ਸਾਧ ਸੰਗਤ ਭਾਈ ਨੰਦ ਲਾਲ ਜੀ ਅੰਮ੍ਰਿਤ ਵੇਲੇ ਭਾਈ ਦਿਆ ਸਿੰਘ ਜੀ ਦਸਮ ਪਾਤਸ਼ਾਹ ਮਹਾਰਾਜ ਭਾਈ ਮਨੀ ਸਿੰਘ ਜੀ ਇਹ ਗੁਰਸਿੱਖ ਬੈਠੇ ਹੋਏ ਹਨ ਅੰਮ੍ਰਿਤ ਵੇਲੇ ਅਤੇ ਆ ਕੇ ਖਿੜਕੀ ਦੇ ਪਾਸੇ ਭਾਈ ਨੰਦ ਲਾਲ ਜੀ ਨੇ ਆਵਾਜ਼ ਦੇਣੀ ਸ਼ੁਰੂ ਕਰ ਦਿੱਤੀ ਦਿਲ ਲੈ ਲਓ ਦਿਲ ਲੈ ਲਓ ਮਹਾਰਾਜ ਤੇ ਅੰਤਰਜਾਮੀ ਹਨ ਅੰਤਰਜਾਮੀ ਸੋ ਪ੍ਰਭੂ ਪੂਰਾ ਦਾਨ ਦੀ ਸਾਧੂ ਕੀ ਧੂਰਾ ਤੂੰ ਸਾਧ ਸੰਗਤ ਦਸਮ ਪਾਤਸ਼ਾਹ ਮਹਾਰਾਜ ਭਾਈ ਦਿਆ ਸਿੰਘ ਜੀ ਨੂੰ ਕਹਿੰਦੇ ਹਨ ਭਾਈ ਦਿਆ ਸਿੰਘ ਜੀ ਇਹ ਖਿੜਕੀ ਖੋਲ੍ਹ ਕੇ ਦੇਖੋ ਇਹ ਆਵਾਜ਼ ਕਿੱਥੋਂ ਆ ਰਹੀ ਹੈ ਤੋ ਦੇਖਦੇ ਹਨ ਬਾਹਰ ਭਾਈ ਨੰਦ ਲਾਲ ਜੀ ਬੈਠੇ ਹੋਏ ਹਨ ਆਵਾਜ਼ ਦੇ ਰਹੇ ਹਨ ਕਿ ਦਿਲ ਲੈ ਲਓ ਦਿਲ ਲੈ ਲਓ ਅਤੇ ਦਸਮ ਪਾਤਸ਼ਾਹ ਜੀ ਨੂੰ ਮਹਾਰਾਜ ਨੂੰ ਦੱਸਿਆ ਭਾਈ ਨੰਦ ਲਾਲ ਜੀ ਖੜ੍ਹੇ ਹਨ ਅਤੇ ਆਪਣਾ ਦਿਲ ਵੇਚ ਰਹੇ ਹਨ ਅਤੇ ਮਹਾਰਾਜ ਕਹਿੰਦੇ ਹਨ ਭਾਈ ਉਹਨਾਂ ਨੂੰ ਪੁੱਛੋ ਭਾਈ ਦਿਲ ਦਾ ਕੀ ਭਾਅ ਲਾਇਆ ਹੈ ਤੂੰ ਸਾਧ ਸੰਗਤ ਜਿਸ ਵੇਲੇ ਇਹ ਗੱਲ ਪੁੱਛੀ ਅਤੇ ਭਾਈ ਨੰਦ ਲਾਲ ਜੀ ਕਹਿੰਦੇ ਹਨ ਤੁਸੀਂ ਇੱਕ ਪਾਸੇ ਹੋ ਜਾਓ ਇਹ ਸਾਡੀ ਅਤੇ ਸਤਿਗੁਰੂ ਦਾ ਸੌਦਾ ਹੈ ਤੋ ਸਾਧ ਸੰਗਤ ਫਿਰ ਮਹਾਰਾਜ ਆਪ ਖਿੜਕੀ 'ਤੇ ਖੜ੍ਹੇ ਹੋਏ ਅਤੇ ਪੁੱਛਦੇ ਹਨ ਭਾਈ ਨੰਦ ਲਾਲ ਜੀ ਦਿਲ ਦਾ ਕੀ ਭਾਅ ਲਾਇਆ ਹੈ ਤੁਸੀਂ ਅਤੇ ਭਾਈ ਨੰਦ ਲਾਲ ਜੀ ਕਹਿੰਦੇ ਹਨ ਮਹਾਰਾਜ ਰੋਜ਼ ਆਪ ਜੀ ਦੇ ਦਰਸ਼ਨ ਚਾਹੀਦੇ ਹਨ ਅਤੇ ਮਹਾਰਾਜ ਅੱਗੋਂ ਬਚਨ ਕਰਦੇ ਹਨ ਭਾਈ ਨੰਦ ਲਾਲ ਜੀ ਇਹ ਬਹੁਤ ਮਹਿੰਗਾ ਹੈ ਸਾਨੂੰ ਸੌਦਾ ਮਨਜ਼ੂਰ ਨਹੀਂ ਹੈ ਤੋ ਸਾਧ ਸੰਗਤ ਫਿਰ ਖਿੜਕੀ ਬੰਦ ਕਰ ਦਿੱਤੀ ਭਾਈ ਨੰਦ ਲਾਲ ਜੀ ਚਲੇ ਗਏ ਦੂਜੇ ਦਿਨ ਫਿਰ ਆ ਗਏ ਉਸੇ ਵੇਲੇ ਅੰਮ੍ਰਿਤ ਵੇਲੇ ਫਿਰ ਆ ਕੇ ਆਵਾਜ਼ ਦਿੱਤੀ ਦਿਲ ਲੈ ਲਓ ਦਿਲ ਲੈ ਲਓ ਤੋ ਸਾਧ ਸੰਗਤ ਫਿਰ ਮਹਾਰਾਜ ਨੇ ਖਿੜਕੀ ਖੋਲ੍ਹੀ ਭਾਈ ਨੰਦ ਲਾਲ ਜੀ ਦੱਸੋ ਅੱਜ ਕੀ ਭਾਅ ਲਾਇਆ ਹੈ ਮਹਾਰਾਜ ਕਦੇ ਕਦਾਈਂ ਦਰਸ਼ਨ ਦੇ ਦਿਆ ਕਰੋ ਭਾਈ ਨੰਦ ਲਾਲ ਜੀ ਅਜੇ ਵੀ ਸੌਦਾ ਮਹਿੰਗਾ ਹੈ ਫਿਰ ਖਿੜਕੀ ਬੰਦ ਕਰ ਦਿੱਤੀ ਤੀਜੇ ਦਿਨ ਭਾਈ ਨੰਦ ਲਾਲ ਜੀ ਫਿਰ ਆ ਗਏ ਫਿਰ ਆਵਾਜ਼ ਦਿੱਤੀ ਤੂੰ ਸਾਧ ਸੰਗਤ ਮਹਾਰਾਜ ਨੇ ਫਿਰ ਪੁੱਛਿਆ ਭਾਈ ਨੰਦ ਲਾਲ ਜੀ ਅੱਜ ਕੀ ਭਾਅ ਲਾਇਆ ਹੈ ਮਹਾਰਾਜ ਦਿਲ ਰੱਖ ਲਓ ਤੁਸੀਂ ਜਦੋਂ ਤੁਹਾਡੀ ਮੋਜ ਆਏ ਉਦੋਂ ਦਰਸ਼ਨ ਦੇ ਦਿਆ ਕਰੋ ਭਾਈ ਨੰਦ ਲਾਲ ਜੀ ਬੜਾ ਦਿਲ 'ਤੇ ਬੜਾ ਮੈਲਾ ਹੈ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ ਉਸਨੇ ਆਖਿਆ ਅਤੇ ਫਿਰ ਕਹਿਣ ਲੱਗੇ ਭਾਈ ਨੰਦ ਲਾਲ ਜੀ ਮਹਾਰਾਜ ਜੇ ਤੁਸੀਂ ਮੇਰੇ ਔਗਣਾਂ ਵੱਲ ਦੇਖੋਗੇ ਤਾਂ ਫਿਰ ਸੌਦਾ ਨਹੀਂ ਬਣਨਾ ਤੁਸੀਂ ਬਸ ਦਿਲ ਲੱਖ ਲਓ ਤੁਹਾਡੀ ਮੋਜ ਹੈ ਦਰਸ਼ਨ ਦਿਓ ਨਾ ਦਿਓ ਤਾਂ ਉਸ ਵੇਲੇ ਮਹਾਰਾਜ ਨੇ ਆਖਿਆ ਹਾਏ ਭਾਈ ਨੰਦ ਲਾਲ ਜੀ ਅੱਜ ਸੌਦਾ ਠੀਕ ਹੈ ਤੂੰ ਸਾਧ ਸੰਗਤ ਇਹ ਭਾਈ ਨੰਦ ਲਾਲ ਜੀ ਦੀਆਂ ਇਹ ਜਿਹੜੇ ਸ਼ਬਦ ਦੀਆਂ ਤੁਕਾਂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ
ਇਸ ਦੀ ਮਨ ਰੂਰ ਗੁਰੂ ਗੋਬਿੰਦ ਸਿੰਘ ਹੱਕ ਰਾਹ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ ਨਾਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਤੋਂ ਸਾਹ ਸੰਗਤ ਆਪ ਹੀ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੇ ਹੋ ਤੋ ਮਹਾਰਾਜ ਰਹਿੰਦੇ ਪ੍ਰੋਗਰਾਮਾਂ ਵਿੱਚ ਸਾਰੀਆਂ ਸੰਗਤਾਂ ਨੂੰ ਚਾਹ ਉਚਾਹ ਚੜ੍ਹਦੀਆਂ ਕਲਾਂ ਬਖਸ਼ਣ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਵੱਲੋਂ ਮਹਾਰਾਜ ਦੇ ਸੇਵਕਾਂ ਵੱਲੋਂ ਗੁਰਬਾਣੀ ਦਾ ਸਤਿਕਾਰ ਕਰਦਿਆਂ ਮਾਇਆ ਹਾਜ਼ਰ ਹੋਈ ਹੈ ਮਹਾਰਾਜ ਸੇਵਾ ਤਾਜ ਪਾਉਣ ਦਰੋਂ ਕਰੋ ਅਸੀਸਾਂ ਚੜ੍ਹਦੀਆਂ ਕਲਾਂ ਬਖਸ਼ਣ ਹੁਣ ਆਪ ਜੀ ਅੱਗੇ ਸ਼ਬਦ ਦੀ ਹਾਜ਼ਰੀ ਸਰਵਗਾਨ ਕਰਨਗੇ ਸਾਡੇ ਪਿਆਰ ਵਾਲੇ ਤੋ ਉਹਨਾਂ ਪਾਸੋਂ ਗੁਰਬਾਣੀ ਦਾ ਸ਼ਬਦ ਸੁਣ ਕੇ ਆਪਣਾ ਜਨਮ ਦੀਆਂ ਕੜੀਆਂ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਸਾਹ